2006 ਦੇ ਵਿੱਚ ਘੱਗਰ ਨੂੰ ਚੌੜਾ ਕਰਨ ਦੇ ਲਈ ਕਿਸਾਨਾਂ ਵੱਲੋਂ ਜ਼ਮੀਨ ਦਿੱਤੀ ਗਈ ਸੀ ਸਰਕਾਰ ਨੂੰ, ਅਤੇ ਸਰਕਾਰ ਨੇ ਜੋ ਉਸਦਾ ਮੁਆਵਜ਼ਾ ਦੇਣਾ ਸੀ, ਜਦੋਂ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਉਹਨਾਂ ਦਾ ਕੇਸ ਲੜਿਆ ਗਿਆ। ਕੇਸ ਲੜਨ ਤੋਂ ਬਾਅਦ ਜੋ ਸਰਕਾਰੀ ਜ਼ਮੀਨ ਜੋ ਦਫ਼ਤਰ ਹਨ, ਜੋ ਸਰਕਾਰੀ ਬਿਲਡਿੰਗ ਹਨ, ਉਹਨਾਂ ਨੂੰ ਜੋ ਨਿਲਾਮੀ ਦਾ ਨੋਟਿਸ ਆਇਆ ਤਾਂ ਵਕੀਲ ਸਾਹਿਬ ਨੇ ਉਹਨਾਂ ਦਾ ਕੇਸ ਲੜਿਆ ਤਾਂ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਪਏ ਸੀਗੇ, ਅਤੇ ਹੁਣ ਤੱਕ ਉਹ ਕੇਸ ਚੱਲ ਰਿਹਾ। 2023 ਆ ਚੁੱਕੀ ਹੈ, ਸਾਡੇ ਨਾਲ ਵਕੀਲ ਸਾਹਿਬ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ, ਕੀ ਨਾਮ ਹੈ ਆਪਣਾ? ਲਲਿਤ ਕੁਮਾਰ ਗਰਗ। ਸਰ, ਕੀ ਕਹਿਣਾ ਚਾਹੋਗੇ ਕਿ ਸਰਕਾਰ ਵੱਲੋਂ ਜੋ ਕਿਸਾਨਾਂ ਨੂੰ ਪੈਸੇ ਪਾਏ ਜਾਣੇ ਸੀਗੇ? ਇਹ 2006 ਦੇ ਵਿੱਚ ਅਪਰੋਕਸੀਮੇਟਲੀ 10 ਪਿੰਡਾਂ ਦੀ ਜ਼ਮੀਨ ਆ, ਔਰ ਘੱਗਰ ਜਿਹੜਾ ਮੂਨਕ ਦੇ ਸਬ ਡਿਵੀਜ਼ਨ ਵਿੱਚ ਇੱਕ ਘੱਗਰ ਬਹਿੰਦਾ, ਉਹਨੂੰ ਚੌੜਾ ਕਰਨ ਵਾਸਤੇ 10 ਪਿੰਡਾਂ ਦੀ ਜ਼ਮੀਨ ਕਵਰ ਕੀਤੀ ਸੀ। ਉੱਥੇ ਮਕਰੌੜ ਸਾਹਿਬ, ਮੰਡਵੀ, ਚਾਂਦੂ, ਪਿੰਡ ਸ਼ਾਹਪੁਰ, ਥੇੜੀ, ਅੰਦਾਨਾ, ਨਿਆਂਗਾਂਵ, ਹੋਤੀਪੁਰ, ਬੋਪੁਰ, ਬਨਾਰਸੀ ਅਤੇ ਖਨੌਰੀ, ਉਹਨਾਂ ਦੀ 592 ਏਕੜ ਅਪਰੋਕਸੀਮੇਟਲੀ ਜ਼ਮੀਨ ਜਿਹੜੀ ਹੈ ਸਰਕਾਰ ਨੇ ਅਤੇ ਡਰੇਨੇਜ ਡਿਪਾਰਟਮੈਂਟ ਅਤੇ ਸਰਕਾਰ ਨੇ ਉਹ ਘੱਗਰ ਨੂੰ ਚੌੜਾ ਕਰਨ ਵਾਸਤੇ ਦਿੱਤੀ ਸੀ। ਉਹ ਅਤੇ ਉਹਨਾਂ ਦੀ ਕੀਮਤ 6 ਲੱਖ ਰੁਪਇਆ ਪਰ ਏਕੜ ਦੇ ਹਿਸਾਬ ਨਾਲ ਅਸੈਸਮੈਂਟ ਵੀ ਕੀਤੀ ਸੀ ਵੀ ਇਹਨਾਂ ਨੂੰ 6 ਲੱਖ ਰੁਪਇਆ ਪਰ ਏਕੜ ਦੇ ਹਿਸਾਬ ਨਾਲ ਪੇਮੈਂਟ ਕੀਤੀ ਜਾਵੇ, ਪਰੰਤੂ ਜਿਹੜੇ ਜਿਨ੍ਹਾਂ ਦੀ ਜ਼ਮੀਨ ਕਵਰ ਹੋਈ ਸੀ ਉਹ ਇਸ ਜਿਹੜਾ 6 ਲੱਖ ਤੋਂ ਜਾਂ ਕੁਝ 10 ਲੱਖ ਤੋਂ ਉਹ ਸੈਟਿਸਫਾਈ ਨਹੀਂ ਸੀ। ਉਹਨਾਂ ਨੇ ਮਾਨਯੋਗ ਅਦਾਲਤਾਂ ਵਿੱਚ ਆਏ ਤਾਂ ਅਦਾਲਤਾਂ ਦੀ ਕਾਫ਼ੀ ਲੰਬੀ ਪ੍ਰੋਸੀਡਿੰਗ ਤੋਂ ਬਾਅਦ ਅਤੇ 2017 ਵਿੱਚ ਉਰੋਂ ਦੇ ਅਡੀਸ਼ਨਲ ਡਿਸਟ੍ਰਿਕਟ ਜੱਜ ਸ਼੍ਰੀ ਐਸ ਕੇ ਜੋਸ਼ੀ ਜੀ ਨੇ ਇੱਕ ਆਰਡਰ ਪਾਸ ਕੀਤਾ ਸੀ ਜੋ 'ਚ JD ਨੂੰ, ਯਾਨੀ ਕਿ ਜਿਹੜੇ ਗੌਰਮੈਂਟ ਨੂੰ ਆਰਡਰ ਕੀਤਾ ਸੀ ਵੀ ਇਹਨਾਂ ਨੂੰ ਜਿਹੜੇ ਜਿਹਨਾਂ ਜ਼ਮੀਨ ਤੁਸੀਂ ਕਵਰ ਕੀਤੀ ਉਹਨਾਂ ਨੂੰ 39,50,082 ਰੁਪਈਏ ਅਤੇ ਪਰ ਹਿਸਾਬ ਨਾਲ ਇਹਨਾਂ ਨੂੰ ਜਿਹੜੀ ਪੇਮੈਂਟ ਕਰੋ। ਇੱਕ ਓਨਰੇਬਲ ਕੋਰਟ ਨੇ ਹੋਰ ਵੀ ਆਰਡਰ ਪਾਸ ਕੀਤਾ ਸੀ ਵੀ ਜੇ ਇਹ ਜਨਵਰੀ 2018 ਦੇ ਵਿੱਚ ਅਗਰ ਪੇਮੈਂਟ ਨਹੀਂ ਕਰਦੇ ਤਾਂ ਇਹਨਾਂ ਨੂੰ ਵਿਆਜ ਸਮੇਤ 15% ਵਿਆਜ ਸਮੇਤ ਇਹਨਾਂ ਦੀ ਪੇਮੈਂਟ ਕੀਤੀ ਜਾਵੇ। ਪਰ ਕੁਛ ਉਹ ਤੋਂ ਬਾਅਦ ਵੀ ਇਹਨਾਂ ਨੇ ਪੇਮੈਂਟ ਨਹੀਂ ਕੀਤੀ ਤਾਂ ਜਿਹੜੇ ਡਿਗਰੀ ਹੋਲਡਰ ਸੀ ਜਿਹਨੇ ਜ਼ਮੀਨ ਕਵਰ ਹੋਈ ਸੀ ਉਹਨਾਂ ਨੇ ਮਾਨਯੋਗ ਅਦਾਲਤ ਵਿੱਚ ਐਗਜੀਕਿਊਸ਼ਨ ਦੇ ਸੰਬੰਧ ਵਿੱਚ ਅਤੇ ਇਹਨਾਂ ਦੀ ਸਰਕਾਰੀ ਪ੍ਰੋਪਰਟੀਆਂ ਦੀ ਲਿਸਟ ਦਿੱਤੀ ਸੀ। ਇਹਨਾਂ ਵਿੱਚ ਸਰਕਾਰੀ ਕਾਲਜ ਵੀ ਸੀ, SSP ਸਾਹਿਬ ਦਾ ਆਫਿਸ ਸੀ, DC ਦਾ, ਕਲੈਕਟਰ ਦਾ ਵੀ ਸੀ, ਪਟਵਾਰਖਾਨਾ ਵੀ ਸੀ ਅਤੇ ਹੋਰ ਵੀ ਸਰਕਾਰੀ ਪ੍ਰੋਪਰਟੀਆਂ ਜਿਹੜਾ ਵੀ ਸਾਡੇ ਨਾਲ ਸਾਡੇ ਕੁਝ ਪਤਾ ਲੱਗੇ ਸੀ ਅਸੀਂ ਅਟੈਚ ਕਰਾਈਆਂ ਸੀ। ਉਸ ਸੰਬੰਧ ਵਿੱਚ ਇਹਨਾਂ ਨੇ ਪੰਜਾਬ ਸਰਕਾਰ ਨੇ ਅਤੇ ਸੰਬੰਧਿਤ ਅਧਿਕਾਰੀਆਂ ਨੇ 117 ਕਰੋੜ ਰੁਪਈਆ ਜਮ੍ਹਾਂ ਕਰਵਾਤਾ ਸੀ। ਉਸ ਉਹ ਜਿਹੜਾ 117 ਕਰੋੜ ਰੁਪਇਆ ਜਮ੍ਹਾਂ ਕਰਾਇਆ ਸੀ ਉਹ 'ਚ ਇੱਕ ਬਹੁਤ ਵੱਡੀ ਇਹਨਾਂ ਦੀ, ਚਲੋ ਡਿਪਾਰਟਮੈਂਟ ਦੀ ਜਾਂ ਸਰਕਾਰ ਦੀ ਬਹੁਤ ਵੱਡੀ ਗਲਤੀ ਦੇ ਕਹਿ ਲਓ, ਉਹਨਾਂ ਨੂੰ ਸਾਰੇ ਲੋਕਾਂ ਨੂੰ ਫੁੱਲ ਐਂਡ ਫਾਈਨਲ ਪੇਮੈਂਟ ਨਹੀਂ ਕੀਤੀ। ਕਿਸੇ ਨੂੰ ਪਾਰਟ ਪੇਮੈਂਟ ਕਰਤੀ ਵੀ ਇਸ ਨੂੰ 20 ਲੱਖ ਰੁਪਇਆ ਪਰ ਏਕੜ, ਕਿਸੇ ਨੂੰ 30 ਲੱਖ ਰੁਪਇਆ ਪਰ ਏਕੜ, ਜਦੋਂ ਕਿ ਅਮਾਊਂਟ ਬਹੁਤ ਜ਼ਿਆਦਾ ਬਣਦੀ ਸੀ ਅਤੇ ਉਹ ਜਿਹੜੀ ਐਗਜੀਕਿਊਸ਼ਨ ਸੀ ਕਿਸੇ ਫੁੱਲੀ ਸੈਟਿਸਫਾਈ ਤਾਂ ਕੋਈ ਹੋਈਆਂ ਹੀ ਨਹੀਂ। ਪਾਰਟ ਪੇਮੈਂਟ ਹਰ ਇੱਕ ਦੀ ਹੋ ਗਈ ਜੀ, ਪਾਰਟਮੈਂਟ ਉਹ ਤੋਂ ਬਾਅਦ ਰਿਮੇਨਿੰਗ ਪੇਮੈਂਟ ਨੂੰ ਲੈਣ ਵਾਸਤੇ ਐਗਜੀਕਿਊਸ਼ਨ ਉਦੋਂ ਦੀਆਂ ਵੀ ਸਟਿਲ ਪੈਂਡਿੰਗ ਨੇ, ਉਹ ਤੋਂ ਬਾਅਦ ਫਰੈਸ਼ ਐਗਜੀਕਿਊਸ਼ਨਾਂ ਵੀ ਫਾਈਲ ਹੋ ਗਈਆਂ ਸੀ। ਹੁਣ ਮਾਨਯੋਗ ਅਦਾਲਤਾਂ ਨੇ ਅਸੀਂ ਅਦਾਲਤਾਂ ਨੂੰ ਫਿਰ ਬੇਨਤੀ ਕੀਤੀ ਹੈ ਵੀ ਇਹਨਾਂ ਦੀ ਪਾਰਟ ਪੇਮੈਂਟ ਸਾਡੇ ਕੋਲ ਹੋ ਚੁੱਕੀ ਆ, ਜਿਹੜੀ ਸਾਡੀ ਰਿਮੇਨਿੰਗ ਪੇਮੈਂਟ ਰਹਿੰਦੀ ਹੈ ਇਹਨਾਂ ਵੱਲ ਸਰਕਾਰ ਵੱਲ, ਉਹ ਸਾਨੂੰ ਦਵਾਈ ਜਾਵੇ। ਉਸ ਸੰਬੰਧ ਵਿੱਚ ਅਸੀਂ ਸਰਕਾਰ ਦੀਆਂ ਜਿਹੜੇ ਵੱਖਰੀਆਂ ਪ੍ਰੋਪਰਟੀਆਂ ਨੇ ਉਹ 'ਚ ਅਸੀਂ ਜਿਹੜਾ ਪ੍ਰੋਸੀਜਰ ਹੈਗਾ ਅਦਾਲਤਾਂ ਦਾ ਜਾਂ ਅਸੀਂ ਕਾਨੂੰਨ ਤੱਕ ਉਹ ਪ੍ਰੋਪਰਟੀ ਇਹਨਾਂ ਦੀ ਅਟੈਚ ਵੀ ਕਰਾਉਣਗੇ ਜਿਹੜੇ ਕਿਸਾਨ ਸੀ ਡਿਗਰੀ ਹੋਲਡਰ, ਉਹਨਾਂ ਦੀ ਪੇਮੈਂਟ ਹੋਊਗੀ। ਸਰ, ਕੀ ਲੱਗਦਾ ਗਾ ਕਿ ਕਿੰਨੇ ਕੁ ਚਿਰ 'ਚ ਪੇਮੈਂਟ ਹੋਣ ਦੀ ਆਸ ਹੈ, ਕਿਉਂਕਿ ਸਰਕਾਰੀ ਬਿਲਡਿੰਗਾਂ ਨੂੰ ਪਹਿਲਾਂ ਵੀ ਅਟੈਚ ਕਰਵਾਇਆ ਗਿਆ ਸੀ? ਪਹਿਲਾਂ ਦੇਖੋ ਤੁਹਾਡੇ ਯਾਦ ਹੋਣਾ 2019 ਦੇ ਵਿੱਚ ਜੋ ਸਰਕਾਰੀ ਪ੍ਰੋਪਰਟੀ ਅਟੈਚ ਹੋਈ ਤਾਂ ਸਰਕਾਰ ਦੇ ਉੱਪਰ ਮਾੜੀ ਮੋਟੀ ਜਿਵੇਂ ਕਹਿੰਦੇ ਹੁੰਦੇ ਨੇ ਅਸਰ ਹੋਇਆ ਸੀ, ਜੂਨ ਸਰਕੇ ਸੀ, ਪਰੰਤੂ ਉਦੋਂ ਦੀ ਫਿਰ 4-5 ਸਾਲ ਉਦੋਂ ਵੀ ਉਦੋਂ ਸਰਕਾਰ ਉੱਥੇ ਕਾਂਗਰਸ ਸਰਕਾਰ ਸੀ। ਚਲੋ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਨੇ, ਸਰਕਾਰਾਂ ਦੀ ਕੋਈ ਗੱਲ ਨਹੀਂ, ਪਰੰਤੂ ਜਿਨ੍ਹਾਂ ਲੋਕਾਂ ਨੇ ਜ਼ਮੀਨ 592 ਏਕੜ ਜ਼ਮੀਨ ਕਵਰ ਹੋਈ ਸੀ ਉਹ ਦੇਖੋ ਤੁਸੀਂ
ਅਪਰੋਕਸੀਮੇਟਲੀ 20 ਸਾਲ ਪਹਿਲਾਂ 18-20 ਸਾਲ ਪਹਿਲਾਂ ਕਵਰ ਹੋਈ ਸੀ। ਉਹ ਕਿਸੇ ਨਾਲ 1 ਕਿੱਲਾ ਜ਼ਮੀਨ ਸੀ, ਕਿਤੇ 2, ਕਿਉਂਕਿ ਉਹ ਜਿਹੜੇ ਕਿਸਾਨ ਨੇ ਬੜੇ ਵਿਚਾਰੇ ਬਹੁਤ ਹੀ ਜ਼ਿਆਦਾ ਗਰੀਬੀ ਦੀ ਹਾਲਤ 'ਚ ਰਹਿ ਰਹੇ ਨੇ। ਕਿਸੇ ਡੈਥ ਹੋ ਗਈ, ਕਿਸੇ ਦੀ 1/2 ਕਿੱਲਾ ਆਉਂਦੀ ਆ, ਕਿਸੇ ਨੂੰ 2 ਵਿਘੇ ਆਉਂਦੀ ਆ, ਉਹ ਪਰਿਵਾਰ ਦੇ 1 ਮੈਂਬਰ ਨੇ, 2 ਮੈਂਬਰ ਨੇ, 5 ਮੈਂਬਰ ਨੇ, ਉਹਨਾਂ ਦੀ ਜ਼ਮੀਨ ਵੀ ਗਈ, ਕਿਉਂਕਿ ਜ਼ਮੀਨ ਤਾਂ ਸਰਕਾਰ ਨੇ ਅਕੁਆਇਰ ਕਰ ਲਈ, ਮਾਲਕੋ ਬਣ ਚੁੱਕੇ। ਪੇਮੈਂਟ ਉਹਨਾਂ ਨੂੰ ਪਾਰਟ ਪੇਮੈਂਟ ਹੋਈ ਆ, ਕਿਸੇ ਨੂੰ 5 ਲੱਖ ਮਿਲ ਗਿਆ, ਕਿਸੇ ਨੂੰ 7 ਲੱਖ ਮਿਲ ਗਿਆ। ਕਿ ਮੇਰਾ ਕਹਿਣ ਦਾ ਮਤਲਬ ਇਸ ਤਰ੍ਹਾਂ ਹੈ ਕਿ ਉਹਨਾਂ ਦੇ ਜਿਹੜੇ ਪੈਸੇ ਸਰਕਾਰ ਨੂੰ ਕੁਛ ਪਾਰਟ ਪੇਮੈਂਟ ਜਿਹੜੀ ਮਿਲੀ ਆ, ਉਹ ਪ੍ਰੋਪਰ ਉਹਨਾਂ ਦੇ ਕੋਈ ਕਮੀ ਨਹੀਂ ਆ ਸਕੀ ਪੇਮੈਂਟ ਉਹਨਾਂ ਨੂੰ। ਇੱਕ ਵਾਰੀ ਕਿਸੇ ਕਿਸਾਨ ਦੀ ਕੋਈ ਜ਼ਮੀਨ ਅਕੁਆਇਰ ਕਰ ਲਈ, ਉਹਨੂੰ ਅਦਾਲਤ ਦੇ ਹੁਕਮ ਤੱਕ ਫੁੱਲ ਐਂਡ ਫਾਈਨਲ ਹੋ ਜਾਂਦੀ, ਤਾਂ ਕਿਸੇ ਦਾ ਯੂਟੀਲਾਈਜ਼ ਹੋ ਜਾਂਦੀ ਜ਼ਮੀਨ, ਪੈਸਾ ਯੂਟੀਲਾਈਜ਼ ਹੋ ਜਾਂਦਾ, ਕਿਉਂਕਿ ਉਹ ਪੈਸੇ ਨਾਲ ਕੋਈ ਕਿਸਾਨ ਆਪਣੀ ਹੋਰ ਜ਼ਮੀਨ ਕਿਤੇ ਨੇੜੇ ਤੇੜੇ ਖਰੀਦ ਕੇ ਆਪਣੀ ਉਹ ਕਰ ਸਕਦਾ ਸੀ। ਪੇਮੈਂਟ ਵੀ ਉਹਨਾਂ ਨੂੰ ਕੰਪਲੀਟ ਨਹੀਂ ਮਿਲੀ, ਜ਼ਮੀਨ ਵੀ ਉਹਨਾਂ ਦੀ ਅਕੁਆਇਰ ਕਰ ਲਈ, ਫੁੱਲ ਐਂਡ ਫਾਈਨਲ ਪੇਮੈਂਟ ਵੀ ਨਹੀਂ ਕਰੀ, ਅਤੇ ਬੜੇ ਲੰਬੇ ਸਮੇਂ ਤੋਂ ਅਦਾਲਤਾਂ ਦੀ ਸਾਨੂੰ ਪਤਾ ਪ੍ਰਕਿਰਿਆ ਬੜੀ ਲੰਬੀ ਹੋ ਜਾਂਦੀ ਹੈ, ਪ੍ਰੋਸੀਜਰ ਬਹੁਤ ਲੰਬਾ ਆਇਆ ਸੀ ਪੀ ਜੀ ਦਾ, ਅਤੇ ਧੱਕੇ ਖਾਂਦੇ ਫਿਰ ਰਹੇ ਨੇ। ਸਾਨੂੰ ਮਾਣਯੋਗ ਅਦਾਲਤਾਂ 'ਤੇ ਬਹੁਤ ਜ਼ਿਆਦਾ ਵਿਸ਼ਵਾਸ ਹੈ, ਪਹਿਲਾਂ ਵੀ ਸਾਨੂੰ ਮਾਣਯੋਗ ਅਦਾਲਤਾਂ ਨੇ ਇਹਨਾਂ ਤੋਂ ਪੈਸੇ ਦਵਾਏ ਨੇ ਕਿਸਾਨਾਂ ਨੂੰ, ਡਿਗਰੀ ਹੋਲਡਰ ਨੂੰ। ਹੁਣ ਸਾਨੂੰ ਪੂਰੀ ਆਸ ਹੈ, ਅਸੀਂ ਜੋ ਮਾਣਯੋਗ ਅਦਾਲਤਾਂ ਵਿੱਚ ਅਸੀਂ ਆਏ, ਸਾਨੂੰ ਅਦਾਲਤਾਂ ਵਿੱਚ ਪੂਰਾ ਇਨਸਾਫ ਮਿਲੇਗਾ, ਅਤੇ ਜਲਦੀ ਤੋਂ ਜਲਦੀ ਕਿਸਾਨਾਂ ਦੀ ਜਿਹੜੀ ਰਿਮੇਨਿੰਗ ਪੇਮੈਂਟ ਜਿੰਨੀ ਵੀ ਐਜ ਪਰ ਲਾਅ ਬਣਦੀ ਹੈ ਉਹ ਮਿਲਣ ਦੀ ਸਾਨੂੰ ਪੂਰੀ ਆਸ ਹੈ। ਬਿਲਕੁਲ, ਤੁਸੀਂ ਮੈਨੂੰ ਦੱਸਿਆ ਗਾ ਕਿਸੇ ਕੋਲ ਜ਼ਮੀਨ ਘੱਟ ਸੀਗੀ, 2-3 ਕਿੱਲੇ ਜ਼ਮੀਨ ਸੀ, ਉਹ ਵੀ ਸਰਕਾਰ ਨੇ ਲੈ, ਲੇਕਿਨ ਉਹਨੂੰ ਪੇਮੈਂਟ ਪੂਰੀ ਨਾ ਮਿਲੀ, ਤਾਂ ਉਹਨਾਂ ਦੇ ਘਰ ਦੇ ਜੋ ਹਾਲਾਤ ਵਿਗੜੇ ਨੇ, ਉਹਨਾਂ ਬਾਰੇ ਸਰਕਾਰ ਕੀ ਕਰੇਗੀ? ਮੈਂ ਦੱਸ ਰਿਹਾ ਵੀ ਕਿਸਾਨਾਂ ਦੇ ਵਿਚਾਰਿਆਂ ਦੀ, ਦੇਖੋ 15-16-17-18 ਸਾਲ ਦਾ ਇੱਕ ਲੰਬਾ ਜਿਹੜਾ ਵਕਫਾ ਲੰਘ ਗਿਆ, ਕਈਆਂ ਦੀ ਉੱਥੇ ਮੌਤ ਵੀ ਹੋ ਚੁੱਕੀ ਆ, ਉਹਦੇ ਅੱਗੇ ਲੀਗਲ ਰੀਪ੍ਰਜੈਂਟ ਵੀ ਆ ਗਿਆ, LR ਆ ਗਏ, ਕਹਿੰਦਾ ਇੱਕ ਵਿਅਕਤੀ ਦੇ ਅੱਗੇ 8-10 ਸਾਲਾਂ 'ਤੇ ਕਈ ਥਾਂ 'ਤੇ ਜਿਹੜੇ ਪੈਸੇ ਚਲੇ ਗਏ, ਉਹਨਾਂ ਨੂੰ ਹਰੇਕ ਨੂੰ ਫਿਰ ਅਦਾਲਤਾਂ ਵਿੱਚ ਉਹਨਾਂ ਦੀ ਬੇਨਤੀ ਕਰਨੀ ਪੈਂਦੀ ਹੈ ਵੀ ਅਸੀਂ ਹੁਣ ਉਹ ਵਾਰਸ ਸੀ ਜੀ, ਹੁਣ ਅਸੀਂ ਵਾਰਸ ਹਾਂ, ਅਦਾਲਤਾਂ ਦੇ ਖਰਚੇ, ਅਦਾਲਤਾਂ ਦੇ ਵਕੀਲਾਂ ਦੀਆਂ, ਸਾਡੇ ਲੋਕਾਂ ਦੀਆਂ ਫੀਸਾਂ ਕਹਿ ਲਓ, ਪਰ ਸਰਕਾਰ 'ਤੇ ਤਾਂ ਕੋਈ ਅਸਰ ਗੱਲ ਦਾ ਹੈ ਨਹੀਂ। ਕਿੰਨੀ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਹੈ, ਕਿੰਨੀ ਜ਼ਿਆਦਾ ਉਹਨੂੰ ਹੈਰਾਨੀ, ਕਿਸੇ ਵਿਆਹ ਸ਼ਾਦੀਆਂ ਵੀ ਰੁਕੀਆਂ, ਹੁੰਦਾ ਹੀ ਆਸ ਹੁੰਦੀ ਆ ਕਿਸੇ ਨੇ ਬੱਚਾ ਅੱਗੇ ਐਜੂਕੇਸ਼ਨ ਦੇਣੀ ਆ, ਬੱਚੇ ਨੂੰ ਪੜ੍ਹਾਉਣਾ ਜਾਂ ਵਿਆਹ ਸ਼ਾਦੀ ਕਰਨੀ ਆ, ਵੀ ਮੇਰੀ ਜ਼ਮੀਨ ਦੇ ਪੈਸੇ ਆਉਣਗੇ, ਮੇਰੇ ਕਿਉਂ ਦੇ ਪੈਸੇ ਆਉਣਗੇ, ਪਰੰਤੂ ਸਰਕਾਰਾਂ ਦਾ ਹਾਲਤ ਤਾਂ ਹੁਣ ਉਹਨਾਂ ਨੂੰ ਬੜੀ ਮੁਸ਼ਕਲ ਨਾਲ, ਬੜੀ ਮਿਹਨਤ ਨਾਲ 1000-1 ਲੱਖ ਰੁਪਇਆ ਖਰਚ ਕਰਕੇ ਅਦਾਲਤਾਂ ਵਿੱਚ, ਕਿਉਂਕਿ ਓਨਰੇਬਲ ਹਾਈਕੋਰਟ ਵਿੱਚ ਵੀ 2-3 ਵਾਰੀ ਉੱਥੇ ਜਾਣਾ ਪਿਆ ਸਾਨੂੰ, ਅਤੇ ਇੱਥੇ ਅਦਾਲਤਾਂ ਵਿੱਚ ਵੀ ਸਾਨੂੰ ਹੁਣ ਇੱਥੇ ਮਿਹਨਤ ਕਰਨੀ ਪੈ ਰਹੀ ਹੈ। ਪਰ ਸਰਕਾਰ ਦਾ ਬਿਲਕੁਲ ਜਿਹੜਾ ਹੈ ਨਜ਼ਰੀਆ ਕਿਸਾਨਾਂ ਪ੍ਰਤੀ ਨਹੀਂ ਹੈ, ਅਤੇ ਮੇਰੀ ਇਹੀ ਬੇਨਤੀ ਹੈ, ਚਲੋ ਅਗਰ ਮੇਰੀ ਇਹ ਜਿਹੜੀ ਹੈ ਵੀਡੀਓ ਜਿਹੜੀ ਹੈ ਮੇਰਾ ਸ਼ੋਟ ਕਿਤੇ ਸਰਕਾਰ ਪਾਸ ਜਾਂਦਾ ਹੋਵੇ, ਤਾਂ ਉੱਥੋਂ ਕਿਸਾਨਾਂ ਨੂੰ, ਸਭ ਨੂੰ ਬੁਲਾ ਕੇ ਸਾਰੇ ਕਿਸਾਨਾਂ ਦੀ 592 ਏਕੜ ਜਿਹੜੀ ਜ਼ਮੀਨ ਉਹਨਾਂ ਨੇ ਕਵਰ ਕੀਤੀ ਆ, ਮਾਣਯੋਗ ਅਦਾਲਤ ਦੇ ਹੁਕਮ ਦੇ ਮੁਤਾਬਕ ਉਹਨਾਂ ਨੂੰ ਫੁੱਲ ਐਂਡ ਫਾਈਨਲ ਪੇਮੈਂਟ ਕੀਤੀ ਜਾਵੇ, ਤਾਂ ਕਿ ਜਿਹੜੀ ਵੀ ਕੋਈ ਉਹਨਾਂ ਦੇ ਕੋਈ ਜ਼ਰੂਰਤਾਂ ਨੇ ਬੱਚਿਆਂ ਦੀਆਂ, ਕੋਈ ਪਰਿਵਾਰ ਦੀਆਂ, ਉਹ ਰਿਸ਼ਤੇਦਾਰਾਂ ਦੀਆਂ, ਅਤੇ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਹੋ ਸਕਣ। ਜੀ, ਵਕੀਲ ਸਾਹਿਬ ਦਾ ਕਹਿਣਾ ਹੈ ਕਿਸਾਨਾਂ ਦੀ ਜ਼ਮੀਨ ਜੋ ਸਰਕਾਰ ਨੇ ਲੈਤੀ ਹੈ ਉਸ ਦੀ ਜੋ ਫੁੱਲ ਪੇਮੈਂਟ ਹੈ ਉਹ ਸਰਕਾਰ ਨੂੰ ਕਰਨੀ ਚਾਹੀਦੀ ਹੈ, ਤਾਂ ਜੋ ਉਹ ਰੁਪਈਏ ਪੈਸੇ ਉਹਨਾਂ ਦੇ ਕੰਮ ਆ ਸਕਣ। ਸੰਗਰੂਰ ਤੋਂ ਗੁਰਿੰਦਰ ਸਿੰਘ, ਸਕਾਈ ਨਿਊਜ਼ ਪੰਜਾਬ।